ਹਾਂਜੀ ਸਾਨੂੰ ਬਹੁਤ ਵਧੀਆ ਲੱਗਾ, ਬਹੁਤ ਵਧੀਆ ਫੀਲ ਹੋਇਆ। ਬੱਚੇ ਸਾਡੇ ਉੱਥੋਂ ਗੋਲਡ ਮੈਡਲ ਲੈ ਕੇ ਆਏ ਨੇ ਕਰਨਾਟਕਾ ਤੋਂ, ਜੋ ਕਿ ਜੋ ਵੀ ਅਸੀਂ ਖਰਚਾ ਕੀਤਾ ਜਾਂ ਇਹਨਾਂ ਦੀ ਮਿਹਨਤ ਆ ਉਹਦਾ ਫਲ ਮਿਲਿਆ ਇਹਨਾਂ ਨੂੰ। ਬਹੁਤ ਖੁਸ਼ ਹਾਂ ਮੈਂ ਆਪਣੇ ਬੱਚਿਆਂ ਤੋਂ। ਕਿੰਨੇ ਚਿਰ ਤੋਂ ਇਹ ਬੱਚੇ ਜਿਹੜੇ ਕਰਾਟੇ ਦੀ ਗੇਮ ਦੀ ਖੇਡਦੇ? ਮੇਰੇ ਬੱਚੇ 3 ਸਾਲ ਤੋਂ ਕਰ ਰਹੇ ਨੇ, ਜੋ ਕਿ ਹਰ ਵਾਰ ਇਹਨਾਂ ਦੀ ਮਿਹਨਤ ਸਦਕਾ ਇਹ ਗੋਲਡ ਮੈਡਲ ਹੀ ਲੈ ਕੇ ਆਉਂਦੇ ਨੇ। ਇਸ ਵਾਰ ਵੀ ਗੁੜੀਆ ਮੇਰੀ ਸੈਕੰਡ ਮੈਡਲ ਸਿਲਵਰ ਮੈਡਲ ਲੈ ਕੇ ਆਈ ਆ ਤੇ ਬੇਟਾ ਗੋਲਡ ਮੈਡਲ ਲੈ ਕੇ ਆਇਆ, ਤੇ ਇੱਕ ਬੇਟੀ ਦੇ ਐਗਜ਼ਾਮ ਚੱਲ ਰਹੇ ਸੀ ਇਸ ਕਰਕੇ ਉਹ ਗਈ ਨਹੀਂ। 3 ਬੱਚੇ ਜਾ ਰਹੇ ਮੇਰੇ ਚੈਂਪੀਅਨਸ਼ਿਪ ਦੇ ਵਿੱਚ। ਤੁਹਾਡੇ ਬੱਚੇ ਦੇ ਭਾਗ ਲੈ ਅਣਗਿਣਤੀ ਨੇ, ਹਾਂਜੀ ਅਣਗਿਣਤ ਨੇ, ਜੋ ਕਿ ਬਹੁਤ ਹਿੱਸਾ ਲੈ ਚੁੱਕੇ ਨੇ ਟੂਰਨਾਮੈਂਟ ਵਿੱਚ। ਹਾਂਜੀ ਇੰਨੀ ਮਿਹਨਤ ਹੈ ਕਿ ਹਾਂਜੀ ਬੱਚਿਆਂ ਦੀ ਬਹੁਤ ਮਿਹਨਤ ਆ, ਕੁਛ ਕੋਚ ਸਾਹਿਬ ਦੀ ਬਹੁਤ ਮਿਹਨਤ ਆ, ਉਹਨਾਂ ਦੀ ਮਿਹਨਤ ਸਦਕਾ ਹੀ ਸਾਡੇ ਬੱਚੇ ਇੱਥੋਂ ਤੱਕ ਪਹੁੰਚੇ ਨੇ। ਕਿੰਨੇ ਘੰਟੇ ਦੀ ਰੋਜ਼ ਦੀ ਪ੍ਰੈਕਟਿਸ ਜਿਹੜੀ ਬੱਚੇ ਦਾ? ਇਹਨਾਂ ਦੀ 2 ਘੰਟੇ ਦੀ ਪ੍ਰੈਕਟਿਸ ਆ। ਹਾਂਜੀ ਤੇ ਆਉਂਦੇ ਆ ਤੁਸੀਂ ਭਾਵੁਕ ਹੋ ਰਹੇ ਸੀਗੇ ਇਹਨਾਂ ਨੂੰ ਦੇਖ ਕੇ? ਹਾਂਜੀ ਕੀ ਗੱਲ ਸੀ, ਬਸ ਐਦਾਂ ਹੀ ਖੁਸ਼ੀ ਲਈ ਹੁਣ ਵੀ ਹੋ ਰਹੀ। ਕੀ ਸੋਚਦੇ ਹੋ ਅੱਗੇ? ਹੁਣ ਫਿਰ ਸ਼੍ਰੀਲੰਕਾ ਦੇ ਵਿੱਚ ਟੀਮ ਸਿਲੈਕਟ ਹੋਈ ਆ, ਹਾਂਜੀ ਪਰ ਉੱਥੇ ਕਿਵੇਂ ਦੀ ਆਸ ਜਿਹੜੀ ਇਹਨਾਂ ਬੱਚਿਆਂ ਦੀ? ਇਹਨਾਂ ਦੀ ਮਿਹਨਤ ਫਲ ਲਿਆਏਗੀ ਜ਼ਰੂਰ, ਜਾਣਗੇ ਬੱਚੇ ਜ਼ਰੂਰ, ਇਹੀ ਆ ਪੂਰਾ ਕੌਨਫੀਡੈਂਸ ਨਾਲ ਕਹਿੰਦੇ ਆ ਕਿ ਬੱਚੇ ਗੋਲਡ ਮੈਡਲ ਲੈ ਕੇ ਆਉਣਗੇ। ਕਹਿੰਦਾ ਜਾਓ ਜਿਹੜੇ ਹੋਰ ਵੀ ਬੱਚੇ ਹੈਗੇ, ਕਿਉਂਕਿ ਬੇਟੀ ਨੇ ਬਹੁਤ ਵਧੀਆ ਪਰਫਾਰਮ ਕੀਤਾ, ਹਾਂਜੀ ਪਹਿਲਾਂ ਵੀ ਜਿਹੜਾ ਹੈਗਾ ਉਹਨਾਂ ਦੇ ਚੰਗੇ ਦੇ ਰਿਸਪੌਂਸ ਦੇ ਹੈਗੇ। ਹਾਂਜੀ ਹਾਂਜੀ ਉਹਨਾਂ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਖੇਡ ਦੇ ਨਾਲ ਨਹੀਂ ਜੁੜੇ ਹੈਗੇ? ਮੈਂ ਉਹਨਾਂ ਬੱਚਿਆਂ ਨੂੰ ਇਹ ਕਹਿ ਰਹੀ ਹਾਂ ਕਿ ਕੋਈ ਵੀ ਗੇਮ ਆ, ਗੇਮ ਦੇ ਨਾਲ ਜ਼ਰੂਰ ਜੁੜੋ ਤੇ ਨਾਲ ਦੇ ਨਾਲ ਪੜ੍ਹਾਈ ਵੱਲ ਵੀ ਪੂਰਾ ਧਿਆਨ ਦਿਓ। ਬੱਚੋ ਕਾ ਵੈਲਕਮ ਬਹੁਤ ਅੱਛੇ ਸੇ ਆਜ ਕੀਆ ਗਿਆ, ਐਂਡ ਇਨ ਫੈਕਟ ਇਟ ਵਾਜ਼ ਵੈਰੀ ਗੁੱਡ ਟੂ ਸੀ ਦੈਟ ਐਵਰੀ ਚਾਈਲਡ ਵਾਜ਼ ਸੋ ਹੈਪੀ ਟੂ ਅਚੀਵ ਸਮਥਿੰਗ ਐਂਡ ਗੋ ਟੂ ਟੂਵਰਡਸ ਦੀ ਹਾਈਟਸ, ਐਂਡ ਦੇ ਆਰ ਨਾਓ ਮੋਰ ਐਕਸਾਈਟਿਡ, ਐਂਡ ਈਵਨ ਦੀ ਕਿਡਸ ਅਰਾਊਂਡ ਦੈਮ ਆਰ ਆਲਸੋ ਥਿੰਕਿੰਗ ਟੂ ਜੁਆਇਨ ਦਿਸ ਅਕੈਡਮੀ ਐਂਡ ਲੁੱਕ ਇਟ ਐਜ਼ ਇਨ ਕਰੀਅਰ ਆਪਸ਼ਨ। ਬਿਕਮ ਪੇਰੈਂਟਸ ਕੈਸੇ ਦੇਖਦੇ ਹੋ ਆਪ ਬੱਚੇ ਯਹਾਂ ਸੇ ਗਏ, ਇੱਕ ਕਹਿ ਸਕਦੇ ਹਾਂ ਕਿ ਬੰਦਾ ਸੋਚਦਾ ਹੈ ਕਿ ਕੈਸਾ ਪਰਫਾਰਮੈਂਸ ਆਏਗਾ, ਔਰ ਅੱਜ ਜੋ ਪਰਫਾਰਮੈਂਸ ਦੇ ਕੇ ਆਏ ਹਾਂ ਬੱਚੇ। Performance had been very good. This is all due to the support of Fateh Academy, because the guidance has been given at the utmost level, and further the mentors over there, sir and ma'am, they are too good. They have actually groomed the child and they did achieve the goal and succeeded over there. ਉਹ ਫੀਚਰ ਆਪ ਕਿਹਾ ਸੀ ਦੇਖਦੇ ਹੋ ਕਿ ਇਤਨਾ ਬੜਾ ਰਿਸਪੌਂਸ ਆ ਜੋ ਨੈਕਸਟ ਈਅਰ ਮੈਂ ਕਹਤਾ ਹੂੰ। ਫਿਊਚਰ ਆਈ ਸੀ ਦੈਟ ਦੇ ਆਰ ਈਵਨ ਗੋਇੰਗ ਟੂ ਯੂ ਨੋ ਹੈਵ ਆਲ ਦੀਸ ਸੋਰਟ ਆਫ ਕੰਪੀਟੀਸ਼ਨ ਦੈਟ ਈਵਨ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ, ਸੋ ਦੀ ਅਕੈਡਮੀ ਹੈਜ਼ ਦੈਟ ਮਚ ਸਟਰੈਂਥ ਦੈਟ ਦੇ ਕੁਡ ਈਵਨ ਬ੍ਰਿੰਗ ਅਪ ਦੀ ਚਾਈਲਡ ਟੂ ਦੀ ਇੰਟਰਨੈਸ਼ਨਲ ਲੈਵਲ, ਐਂਡ ਦੈਟਸ ਗੋਇੰਗ ਟੂ ਬੀ ਅ ਵੈਰੀ ਐਕਸਾਈਟਿੰਗ ਅਪੋਰਚੁਨਿਟੀ ਫੋਰ ਦੈਮ। ਦੀ ਕੋਚ ਓਵਰ ਹੇਅਰ ਹੈਡ ਬੀਨ ਬ੍ਰਿਲੀਅੰਟ, ਬਿਕੋਜ਼
due to their guidance only they have able to achieve this, otherwise it won't have been, because every kid is involved to the only studies and books, and they have never thought of that they are going to beyond their books. So it is something what they have actually they have mentored the child, they have groomed the child in such a way that it is that the kid has now started thinking of to achieve something beyond books. ਸਾਡੇ ਬੱਚੇ ਸ਼ਿਮੋਗਾ ਕਰਨਾਟਕਾ ਵਿੱਚ ਖਿਲ ਗਏ ਆ। ਇਹ ਇਹਨਾਂ ਦਾ ਵੈਨਿਊ ਪ੍ਰੇਰਣਾ ਕਾਲਜ ਕਰਨਾਟਕਾ ਵਿੱਚ ਹੈਗਾ, ਅਤੇ ਜਿਸ ਵਿੱਚ ਸਾਡੇ ਬੱਚਿਆਂ ਨੇ ਭਾਗ ਲਿਆ ਵਾ। ਇਹ 5th ਇੰਟਰਨੈਸ਼ਨਲ ਕਰਾਟੇ ਚੈਂਪੀਅਨਸ਼ਿਪ ਹੋਈ ਆ, ਜਿਹਨਾਂ ਵਿੱਚ ਸਾਡੇ ਬੱਚਿਆਂ ਨੇ ਬਹੁਤ ਵਧੀਆ ਪਰਫੋਰਮੈਂਸ ਕੀਤਾ, ਜਿਹਨਾਂ ਵਿੱਚੋਂ 17 ਗੋਲਡ, 6 ਸਿਲਵਰ ਅਤੇ 5 ਬਰੋਨ ਪ੍ਰਾਪਤ ਕੀਤੇ। ਸਰ ਕਿਹੜੀ ਕਿਹੜੀ ਕੰਟਰੀ ਦੇ ਜਿਹੜੇ ਕਹਿ ਲਓ ਕਿ ਪਲੇਅਰ ਉੱਥੇ ਆ ਗਏ? 5 ਕੰਟਰੀ ਦੇ ਪਲੇਅਰ ਆ ਚੁੱਕੇ ਸੀ ਉੱਥੇ। ਕਿਹੜੀ? ਨੇਪਾਲ, USA, ਸ਼੍ਰੀਲੰਕਾ ਅਤੇ ਭੂਟਾਨ। ਔਰ ਕਿੰਨੇ ਬੱਚਿਆਂ ਨੇ ਕੋਈ ਪਾਰਟਿਸਪੇਟ ਕੀਤਾ? ਮੈਕਸੀਮਮ 2500 ਬੱਚਿਆਂ ਨੇ ਪਾਰਟੀਸਪੇਟ ਕੀਤਾ। ਸਰ ਇਹਦੇ ਵਿੱਚ ਜਿਹੜਾ ਹੈਗਾ ਹੈ, ਹੁਣ ਪੰਜਾਬ ਤੋਂ ਕਿੰਨੀਆਂ ਟੀਮਾਂ ਗਈਆਂ? ਪੰਜਾਬ ਤੋਂ ਸਾਡੀ ਟੀਮ ਗਈ ਹੋਈ ਹੈ ਜੀ ਅੰਮ੍ਰਿਤਸਰ ਦੀ, ਇੱਕ ਬਟਾਲੀ ਟੀਮ ਗਈ ਹੈ, ਸਾਡੀ ਮੈਕਸੀਕੋ ਟੀਮ ਆਪਣੀ ਇੱਥੇ ਪਰਫੋਰਮੈਂਸ ਕੀਤਾ ਬੱਚਿਆਂ ਨੇ। ਇਹਦੇ ਵਿੱਚ ਹੋਰ ਜਿਹੜਾ ਹੈਗਾ ਉੱਥੇ ਕਹਿ ਲਈਏ ਕਿ ਕਿੰਨੇ ਦਿਨ ਦਾ ਇਹ ਪ੍ਰੋਗਰਾਮ ਸੀਗਾ, ਕਦੋਂ ਗਏ ਸੀ ਬੱਚਿਆਂ? ਚੈਂਪੀਅਨਸ਼ਿਪ ਦੇ 2 ਦਿਨ ਦੀ ਹੈਗੀ ਸੀ ਐਕਚੁਅਲੀ, ਬੱਚਿਆਂ ਨੇ ਬਾਕੀ 2 ਦਿਨ ਪਹਿਲਾਂ ਬੱਚਿਆਂ ਨੇ ਸਟੇਅ ਕੀਤੀ ਇੱਥੇ ਜਾ ਕੇ ਬੱਚਿਆਂ ਨੇ, ਅਤੇ ਟ੍ਰੇਨ ਵਿੱਚ ਸਫ਼ਰ ਕੀਤਾ ਬੱਚਿਆਂ ਨੇ, ਅਤੇ ਅੱਜ ਪਹੁੰਚਿਆ ਜੀ ਇਹ ਪ੍ਰੋਗਰਾਮ। ਲੱਗਦਾ ਕਿੰਨੀ ਕੁ ਮਿਹਨਤ ਹੈਗੀ ਆ IT-OT ਟੀਮ ਨੇ? ਬੱਚਿਆਂ ਨੇ ਬਹੁਤ ਜ਼ਿਆਦਾ ਵਧੀਆ ਪਰਫੋਰਮੈਂਸ ਕੀਤਾ, ਬੱਚੇ ਕਾਫੀ ਜ਼ਿਆਦਾ ਤੇਜ਼ ਹੈਗੇ ਸੀ ਉੱਥੇ, ਨੇਪਾਲ ਦੇ, USA ਦੇ, ਸ਼੍ਰੀਲੰਕਾ ਦੇ ਕਾਫੀ ਬੱਚੇ ਸਟਰੋਂਗ ਸੀ। ਸਾਡੇ ਬੱਚਿਆਂ ਨੇ ਆਪਣਾ ਪੂਰਾ ਆਪਣਾ ਸਟਰੋਂਗ ਦਿਖਾਇਆ, ਆਪਣਾ ਬੱਚਿਆਂ ਨੇ ਕਾਫੀ ਬੱਚਿਆਂ ਨੇ ਗੋਲਡ ਅਤੇ ਕਾਫੀ ਬੱਚਿਆਂ ਨੇ ਸਿਲਵਰ ਅਤੇ ਬ੍ਰੌਂਜ਼ ਮੈਡਲ ਪ੍ਰਾਪਤ ਕੀਤੇ ਬੱਚਿਆਂ ਨੇ। ਪਿਛਲੀ ਵਾਰ ਕਾਫੀ ਸੁਧਾਰ ਹੋਇਆ ਹੈ। ਪਿਛਲੀ ਵਾਰ ਸਾਡੇ 9 ਗੋਲਡ ਸੀ, 6 ਬਰਾਊਨ ਸੀ ਅਤੇ 5 ਸਿਲਵਰ ਸੀ, ਹੁਣ ਸਾਡੇ 17 ਮੈਡਲ ਗੋਲਡ ਹੈ ਅਤੇ 6 ਸਿਲਵਰ ਆ ਅਤੇ 5 ਬਰਾਊਨਜ਼ ਮੈਡਲ ਪ੍ਰਾਪਤ ਕੀਤੇ ਬੱਚਿਆਂ ਨੇ। ਕਿੰਨੇ ਤੋਂ ਕਿੰਨੀ ਏਜ ਦੇ ਬੱਚੇ ਤੁਹਾਡੇ? ਸਾਡੇ ਬੱਚੇ 7 ਈਅਰ ਤੋਂ ਸਟਾਰਟ ਹੋ ਗਏ ਜੀ, ਅਤੇ 16 ਲਾਸਟ ਸੀ ਬੱਚਿਆਂ ਨੇ, ਲਾਸਟ ਬੱਚਾ। ਇਸ ਗੇਮ ਨੂੰ ਕਾਫੀ ਜ਼ਿਆਦਾ ਸੁਧਾਰ ਵਿੱਚ ਲਿਆ ਜਾ ਰਿਹਾ, ਕਿਉਂਕਿ ਅੱਜ ਕੱਲ੍ਹ ਜੈਸੇ ਲੜਕੀਆਂ ਨਾਲ ਬਹੁਤ ਜ਼ਿਆਦਾ ਗਲਤ ਵਿਵਹਾਰ ਹੋ ਰਿਹਾ, ਜੈਸੇ ਰੇਪ ਵਗੈਰਾ ਹੋ ਰਿਹਾ ਬੱਚਿਆਂ ਨਾਲ, ਲੜਕੀਆਂ ਨਾਲ, ਅਤੇ ਇਹ ਗੇਮ ਲੜਕੀਆਂ ਵਾਸਤੇ ਬਹੁਤ ਹੀ ਸੇਫ ਆ, ਅਤੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਬੱਚੇ ਲੜਕੀਆਂ, ਖਾਸ ਕਰ ਲੜਕੀਆਂ, ਇਹ ਗੇਮ ਨੂੰ ਅੱਗੇ ਤੱਕ ਲੱਗਦਾ ਸਿੱਖਣਾ। ਕਿੱਦਾਂ ਦੀ ਹੁੰਦੀ ਜਦੋਂ ਮਾਂ ਪਿਓ ਜਿੱਦਾਂ ਖੁਸ਼ ਵਾ, ਬੱਚੇ ਖੁਸ਼ ਆ, ਤੁਹਾਡੀ ਮਿਹਨਤ ਨੂੰ ਸਫਲ ਹੁੰਦੀ ਵੇਖ ਕੇ ਖੁਸ਼ੀ? ਬਹੁਤ ਮਨ ਨੂੰ ਖੁਸ਼ ਹੁੰਦਾ ਕਿ ਬੱਚਿਆਂ ਨੂੰ ਇੰਨਾ ਪੇੜ ਸਪੋਰਟ ਕਰਦੇ ਆ, ਕਿ ਅਸੀਂ ਗਾਂ ਵੀ ਨਾ ਬੱਚਿਆਂ ਨੂੰ ਅੱਗੇ ਲੈ ਜਾਵਾਂਗੇ, ਹਾਂਜੀ ਹੋਰ ਨਾ ਇੱਦਾਂ ਸਾਨੂੰ ਸਪੋਰਟ ਕਰਨ ਤਾਂ ਬੱਚਿਆਂ ਨੂੰ ਅੱਗੇ ਤੱਕ ਲੈ ਕੇ ਜਾਈਏ। ਜਤਿੰਦਰ ਸਿੰਘ ਹਾਂਜੀ 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 ਬੱਚੇ ਸਾਡੇ ਖੇਡ ਕੇ ਆਏ ਜੀ ਕਰਨਾਟਕਾ ਤੋਂ, ਸਾਨੂੰ ਬਹੁਤ ਖੁਸ਼ੀ ਆ, ਸਾਰੇ ਬੱਚੇ ਬਹੁਤ ਵਧੀਆ ਪਰਫੋਰਮੈਂਸ ਸੀਗੀ ਉਹਨਾਂ ਦੀ, ਸਾਰੇ ਬੱਚੇ ਮੈਡਲ ਲੈ ਕੇ ਆਏ ਨੇ, ਤੁਹਾਡੇ ਮਾਤੇ ਪਿਤਾ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਅਸੀਂ ਵਧਾਈ ਦੇਣਾ ਚਾਹੁੰਦੇ ਹਾਂ, ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਜੀ ਬੱਚਿਆਂ ਨੂੰ ਇਸੇ ਤਰੱਕੀ ਬਖਸ਼ਣ, ਤੇ ਇਹਨਾਂ ਬੱਚਿਆਂ ਵੱਲ ਵੇਖ ਕੇ ਦੂਜੇ ਬੱਚੇ ਉਤਸ਼ਾਹਿਤ ਹੋਣ, ਤੇ ਇਹਨਾਂ ਦੇ ਵੱਧ ਤੋਂ ਵੱਧ ਵੈਲਕਮ ਕਰਾਂਗੇ, ਉਹਨਾਂ ਦਾ ਉਤਸ਼ਾਹਿਤ ਕਰਨ ਲਈ ਜੋ ਵੀ ਸਾਡੇ ਕੋਲ ਬਣ ਪਿਆ ਕਰਾਂਗੇ ਜੀ। ਖੇਡਾਂ ਤੋਂ ਦੂਰ ਹੋ ਰਹੇ ਬੱਚੇ, ਹਾਂਜੀ ਉੱਥੇ ਹੀ ਇਹੋ ਜਿਹਾ ਜਿਹੜਾ ਰਿਸਪੋਂਸ ਅੱਜ ਦੇਖ ਕੇ ਜਾਂ ਫਿਰ ਬੱਚਿਆਂ ਨੂੰ ਇੱਕ ਚੰਗੀ ਖੇਡ ਦੇ ਨਾਲ ਜੁੜਿਆ ਹੋਣ ਕਰਕੇ ਅੱਜ ਇਸ ਮੁਕਾਮ ਤੇ ਉੱਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਪੰਜਾਬ ਦਾ ਨਾਮ ਪਹੁੰਚਿਆ, ਕਿਉਂਕਿ 5 ਕੰਟਰੀ ਦੇ ਖਿਡਾਰੀ ਉੱਥੇ ਪਰਫਾਰਮ ਕਰਦੇ। ਹਾਂਜੀ ਹਾਂਜੀ ਦੇਖੋ ਜੀ ਬਹੁਤ ਵਧੀਆ ਪਰਫਾਰਮੈਂਸ ਸਾਡੇ ਬੱਚਿਆਂ ਦੀ, ਜਿੰਨੇ ਵੀ ਕੰਟਰੀਜ਼ ਦੇ ਆਏ ਸੀ ਬੱਚੇ ਉਹਨਾਂ ਨੇ ਬਹੁਤ ਵਧੀਆ ਕੀਤਾ, ਪਰ ਸਾਡੇ ਬੱਚੇ ਮੈਡਲ ਲੈ ਕੇ ਆਏ ਨੇ, ਸਾਨੂੰ ਬਹੁਤ ਖੁਸ਼ੀ ਆ, ਸਾਡੇ ਇਲਾਕੇ ਦਾ ਮਾਣ ਨੇ।